ਸਰ ਪਹਿਲਾਂ ਤਾਂ ਬਾਬਾ ਬੁਖਾਰ ਦਾ ਛੋਟੇ ਵੀ ਯੁਵਰਾਜ ਭਾਅ ਜੀ ਦੀ ਸ਼ਾਦੀ ਹੋਈ ਹੈ। ਥੈਂਕ ਯੂ ਬ੍ਰਦਰ, ਤੁਸੀਂ ਮੇਰੇ ਵੀ ਮੈਨੂੰ ਯੁਵਰਾਜ ਵਰਗੀ ਹੈ, ਯੁਵਰਾਜ ਦੀ ਸ਼ਾਦੀ ਹੋਈ ਹੈ ਔਰ ਬੜਾ ਖੁਸ਼ੀਆਂ ਦਾ ਮੌਕਾ ਸੀ। ਸਰ ਫਿਰ ਤੁਹਾਨੂੰ ਕਿੰਨੇ ਦਿਨ ਆਪਾਂ ਐਕਸਪੈਕਟ ਕਰ ਸਕਦੇ ਹਾਂ ਪੰਜਾਬ ਪ੍ਰੀਮੀਅਰ ਲੀਗ ਦੇ? ਕਿੰਨੇ ਮੈਚ ਦੇਖਣਾ ਹੋਗੇ ਤੁਸੀਂ ਪੰਜਾਬ ਦੇ ਸ਼ੇਰਾਂ? ਮੇਰੀ ਕੋਸ਼ਿਸ਼ ਹੈ ਸਾਰੇ ਮੈਚ ਦੇਖਾਂ, ਕਿਉਂਕਿ ਸੁਹੇਲ ਸਾਹਿਬ, ਸੁਹੇਲ ਖਾਨ, ਬੌਬੀ ਦਿਓਲ, ਸਾਰੀ ਫਿਲਮ ਇੰਡਸਟਰੀ ਆ ਰਹੀ ਹੈ ਔਰ ਮਜ਼ੇਦਾਰ ਗੱਲ ਹੈ ਕੱਲ੍ਹ ਸਲਮਾਨ ਖਾਨ ਸਾਹਿਬ ਵੀ ਆ ਰਿਹਾ, ਆਪਾਂ ਸਾਰੇ ਸਪੋਰਟ ਕਰਾਂਗੇ। ਪੰਜਾਬ ਦੇ ਸ਼ੇਰ ਜਿਹੜੀ ਟੀਮ ਹੈ ਉਹ 'ਚ ਦੋ ਸ਼ੇਰ ਤਾਂ ਆਪਣੇ ਹੀ ਆ, ਨਵਰਾਜ ਹੰਸ, ਯੁਵਰਾਜ ਹੰਸ, ਬਾਕੀ ਵੀ ਸਾਰੇ ਆਪਣੇ ਆ, ਮਜ਼ਾ ਲਵਾਂਗੇ। ਭਾਈ ਜਿਵੇਂ ਤੁਸੀਂ ਆਪਣੇ ਟਾਈਮ ਦੇ ਬਹੁਤ ਦਿੱਗਜ ਸਿੰਗਰ ਰਹੇ ਹੋ, ਪਦਮ ਸ਼੍ਰੀ ਅਵਾਰਡ, ਤੁਹਾਡੇ ਗਾਣੇ ਪਾਕਿਸਤਾਨੀ ਇੰਡੀਅਨ ਸਾਰੇ ਸੁਣਦੇ ਆ, ਹੁਣ ਜੋ ਰੀਸੈਂਟਲੀ ਇੰਸੀਡੈਂਟ ਹੋਇਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਵਤਨ ਪ੍ਰਸਤ ਹੋਣਾ ਚਾਹੀਦਾ, ਜਿਸ ਧਰਤੀ 'ਤੇ ਰਹੀ ਉਹਦੀ ਖੈਰ ਮਨਾਉਣੀ ਚਾਹੀਦੀ ਹੈ। ਹਾਲਾਂਕਿ ਮੈਂ ਆਰਟਿਸਟ ਸਭ ਦਾ ਸਾਂਝਾ ਹੁੰਦਾ, ਪਰ ਐਂਡ ਹੀ ਹੋ ਗਿਆ ਸੀਗਾ, ਜ਼ੁਲਮ ਦਾ ਐਂਡ ਹੋ ਗਿਆ ਜਿੱਦਣ 40-42 ਸਾਡੇ ਫੌਜੀ ਜਵਾਨ ਮਰੇ। ਬਸ ਫਿਰ ਉਹ ਬੱਬਰ ਸ਼ੇਰ ਜਿਹੜਾ ਜ਼ਖਮੀ ਸ਼ੇਰ ਵਾਂਗ ਫਿਰਦਾ ਸੀ, ਨਰਿੰਦਰ ਭਾਈ ਮੋਦੀ ਸਾਹਿਬ, ਉਹਨਾਂ ਨੇ ਫੋਰਸ ਨੂੰ ਫਿਰ ਕਹਿਤਾ ਵੀ ਡੂ ਵਟ ਐਵਰ ਯੂ ਲਾਈਕ, ਔਰ ਮੈਂ ਸਲਿਊਟ ਕਰਦਾ ਆਪਣੀ ਆਰਮੀ ਨੂੰ। ਪਰ ਜਿਵੇਂ ਅੱਜ ਕੱਲ੍ਹ ਦੇ ਪੰਜਾਬੀ ਗਾਣੇ ਤੁਸੀਂ ਸੁਣਦੇ ਹੋਗੇ, ਅਤੇ ਪੁਰਾਣੇ ਪੰਜਾਬੀ ਗਾਣਿਆਂ ਦੇ ਲਿਰਿਕਸ ਹੁੰਦੇ ਸੀਗੇ, ਫੋਕਲਸ ਹੁੰਦੇ ਸੀ, ਲਿਟਰੇਸੀ ਹੁੰਦੀ ਸੀ, ਪਰ ਅੱਜ ਕੱਲ੍ਹ ਦੇ ਪੰਜਾਬੀ ਗਾਣੇ ਸਾਨੂੰ ਸੁਣਨ ਨੂੰ ਨਹੀਂ ਮਿਲਦਾ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਰਿਵਰਤਨਸ਼ੀਲ ਆ ਦੁਨੀਆ, ਚੇਂਜ ਜਿਹੜੀ ਇਹ ਲਾਅ ਆਫ ਨੇਚਰ ਆ, ਚੇਂਜ ਹੁੰਦਾ ਰਹਿੰਦਾ। ਉਹ ਕਿਸੇ ਸਮੇਂ ਦੇਸੀ ਹੁੰਦੀ ਸੀ ਜਮਾਂ, ਹੁਣ ਜ਼ਰਾ ਤੜਕਾ ਵੈਸਟਰਨ ਦਾ ਲੱਗਦਾ ਹੈ, ਰੀਮਿਕਸਿੰਗ ਦਾ ਜ਼ਮਾਨਾ ਆ, ਲੇਕਿਨ ਜਿਨ੍ਹਾਂ ਨੂੰ ਉਹ ਟੇਸਟ ਪਿਆ ਹੋਇਆ, ਉਹ ਸਵਾਦ ਹੈ ਜਿਹੜਾ ਦੇਸੀ ਆ, ਉਹ ਵੀ ਐਕਚੁਅਲੀ ਉਹ ਸੱਚਾਈ ਹੈ, ਉਹ ਟਰੁੱਥ ਹੈ, ਉਹ ਕਦੀ ਮਰੇਗਾ ਨਹੀਂ, ਮੇਰਾ ਖਿਆਲ ਹੈ। ਐ ਭਾਈ, ਆਖਰੀ ਲਾਈਨ ਜੋ ਕੋਈ ਇੱਕ ਲਾਈਨ ਤੁਸੀਂ ਪੰਜਾਬ ਦੇ ਆਪਣੇ ਸ਼ੇਰਾਂ ਲਈ ਬੋਲਣਾ ਚਾਹੋਗੇ ਸਾਰਿਆਂ ਲਈ? ਲੋਕੀ ਦੁਨੀਆ 'ਚ ਵੱਸਦੇ ਬਸੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ, ਸਾਰੀ ਦੁਨੀਆ 'ਚ ਇਹਨਾਂ ਦੇ ਬਸੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ। ਥੈਂਕ ਯੂ ਸੋ ਮਚ। ਕੀ ਪ੍ਰੈਸ ਦੀ ਬੈਲ ਆਈਕਨ ਐਂਡ ਨੈਵਰ ਮਿਸ ਐਨ ਅਪਡੇਟ ਫਰੋਮ ਸਿੰਘ ਆਨਲਾਈਨ। ਲਓ ਜੀ, ਸਿੰਘ ਆਨਲਾਈਨ ਆਪਣੇ ਬੰਦੇ ਆ।